ਜੀ ਕਿੱਦਾਂ ਸਾਰੇ ਭੈਣ ਭਰਾ, ਹੋਪ ਸੋ ਸਾਰੇ ਘੱਟੋ ਘੈਂਟ ਹੋਣਗੇ। ਅਤੇ ਵੈਲਕਮ ਬੈਕ ਟੂ ਨਦਰ ਵਲੌਗ ਗਾਈਸ। ਅਤੇ ਆਹ ਆਪਣਾ ਭਰਾ ਸਾਜਣ ਹੈ, ਇਹ ਤਾਂ ਆਏ ਹਾਂ ਅੱਜ ਵੋਟਾਂ ਵਾਲਾ ਦੇਣ ਆ। ਉੱਦਾਂ ਚਿੱਲ ਕਰਦੇ ਫਿਰਦੇ ਹਾਂ ਅਸੀਂ, ਅਤੇ ਦੋ ਡਿਲੀਵਰੀਆਂ ਦੇਣ ਚੱਲੀਆਂ ਹੁਣ, ਫਿਰ ਅਸੀਂ ਦੋ ਡਿਲੀਵਰੀਆਂ ਦੇਣ ਚੱਲੇ ਹਾਂ, ਨਾਲ ਗੱਡੀ ਧੋਣੇ ਦੇਣੀ ਡੀਟੇਲਸ ਮਾਸਟਰ ਵਾਲਿਆਂ ਕੋਲ। ਉੱਥੇ ਹੀ ਵੀਰ ਨੂੰ ਸੱਦ ਲੈਂਦੇ ਹਾਂ, ਉੱਥੇ ਆਪਾਂ ਜਰਮਨ ਸ਼ੈਫਰਡ ਫੜਾ ਦਾਂਗੇ। ਜਰਮਨ ਸ਼ੈਫਰਡ ਸਿੰਗਲ ਕੋਟ ਡੋਗ ਦੇਣਾ ਵੀਰੇ ਦਾ ਬਰਥਡੇ ਗਿਫਟ ਆ। ਆਹ ਕੁਆਲਿਟੀ ਆਪਣਾ ਸਿੰਗਲ ਕੋਟ ਵੀ ਲੋਕਾਂ ਦੇ ਡਬਲ ਕੋਟ ਨਾਲੋਂ ਘੈਂਟ ਨਿਕਲੂਗਾ, ਵਾਅਦਾ ਕਰਦੇ ਹਾਂ। ਬਾਕੀ 6 ਮਹੀਨਿਆਂ ਨੂੰ ਅਪਡੇਟ ਦਾਂਗੇ ਆ ਬੱਚੇ ਦੀ ਵੀ ਕਿੱਦਾਂ ਦਾ ਨਿਕਲਦਾ ਗਾਈਸ। ਠੀਕ ਹੈ ਗਾਈਸ, ਕਿ ਮਿੱਤਰੋ ਆਹ ਗੱਡੀ ਆਪਾਂ ਧੋਣੇ ਦੇਣ ਚੱਲੇ ਜੇ। ਆਹ ਸਕੋਰਪੀਓ ਸਾਜਨ ਚਲਾਉਣ ਲੱਗਾ, ਆਹ ਫਰੂਟੀਆਂ ਜੀ ਮੈਂ ਘਰ ਫੜਾ ਦਾਂ, ਆਹ ਮੈਨੂੰ ਫੋਨ ਆਉਣ ਦੇ ਕਸਟਮਰ ਦੇ, ਹੁਣ ਵੀ ਚੁੱਕਦਾ ਦੂਜਾ। ਆਹ ਚਾਰਜਰ ਵਿੱਚ ਰਹਿਣ ਦੀ ਜਾਣ, ਅਤੇ ਚਲੋ ਫਿਰ ਮੈਂ ਆਹ ਘਰ ਨਿੱਕੀ ਭੈਣ ਨੂੰ ਫਰੂਟੀਆਂ ਜੀਆਂ ਫੜਾ ਦਾਂ, ਅਤੇ ਮੁੱਛਾਂ ਬੜੀਆਂ ਘੈਂਟ ਹੋ ਗਈਆਂ ਮੇਰੀਆਂ। ਉਹ ਗੱਡੀ ਦੇ ਕੇ ਅਤੇ ਉਸ 'ਚ ਮੈਂ ਬੱਚੇ ਰੱਖ, ਬੱਚੇ ਮੈਂ ਚੜਾ ਜਾਂਦਾ ਵਾਂ, ਕਿਉਂਕਿ ਆਹ ਗੱਡੀ ਠੰਡੀ ਹੋਈ ਹੈ ਨਾ, ਆਹ ਸੁੱਟ ਦੇ। ਅਤੇ ਮੈਂ ਚਲੋ ਗਾਈਜ਼ ਬਣਾਉਣਾ ਵਲੌਗ, ਹੁਣ ਡਿਟੇਲ ਮਾਸਟਰ ਚੱਲਿਆ ਤੁਹਾਡਾ ਭਰਾ, ਨਿਊਟਰਲ ਆ ਹੁਣ ਕਰਦਾ ਮੈਂ। ਸਹੀ ਦੱਸਿਆ ਜਾਣਾ ਸਿੰਗਲ ਕੋਟ ਤੋਂ ਤਾਂ ਕਿਤੇ ਜ਼ਿਆਦਾ ਕੋਟ ਜੇ ਬੱਚੇ ਦੇ, ਆਹ ਕਰੋ ਚੈੱਕ ਕੁਆਲਿਟੀ ਬੱਚੇ ਦੀ। ਇਹ ਮੈਂ ਦੇ ਚੱਲਿਆ ਉੱਥੇ ਡਿਟੇਲ ਮਾਸਟਰ ਵਾਲਿਆਂ ਦੇ ਬਾਹਰ ਹੀ ਬੱਚਾ ਫੜਾਉਂਦੇ। ਏਸੀ ਭਾਵੇਂ ਬੰਦ ਕਰ ਦੋ ਵੀਰ ਜੀ, ਆਹ ਵੀਰ ਜੀ ਕਰਿਓ ਚੈੱਕ ਵੀ, ਦੱਸੋ ਹੁਣ ਕੁਆਲਿਟੀ ਦਾ ਹੈ ਗੱਲ ਹਨਾ। ਉਹ ਸਿੰਗਲ ਕੋਟ ਵਾਲੀ ਕੁਆਲਿਟੀ ਲੱਗਦੀ ਨਹੀਂ ਹੈ ਵੀਰ, ਜਿਸ ਤਰ੍ਹਾਂ ਤੁਹਾਨੂੰ ਪਤਾ। ਰੇਟ ਦੱਸੋ, ਸਸਤਾ ਦਿੱਤਾ ਕਿ ਨਹੀਂ? ਬਹੁਤ ਵਧੀਆ ਰੇਟ ਦਾ, ਗਰਮੀ ਲੱਗਣ ਦੀ ਇਹਨੇ। ਆ ਜਾਓ ਇੱਕੋ ਮਿੰਟ, ਮੈਂ ਆ ਰੱਖਦਾ ਵਿੱਚ, ਆ ਜਾਓ ਇੱਕੋ ਮਿੰਟ, ਆ ਜਾਓ ਤੁਹਾਡੀ ਗੱਡੀ ਜੀ ਸਮਝਾ ਦਿੰਦਾ ਤੁਹਾਨੂੰ ਡਾਈ ਡੇਟ। ਲਓ ਜੀ ਕਰੋ ਵੀਰ ਜੀ ਚੈੱਕ, ਏਸੀ ਨਾ ਬੰਦ ਕਰ ਲਓ ਜਾਂ ਇਹਨੂੰ ਸਿੱਧੀ ਵਹਾਣਾ ਪੈਣ ਦਿਓ। ਠੀਕ ਹੈ ਵੀਰ, ਸੋਹਣਾ ਆ ਬੱਚਾ ਨਾ ਵੱਡਾ, ਆਪਾਂ ਕਰਕੇ 6 ਮਹੀਨਿਆਂ ਨੂੰ 7 ਨੂੰ ਆਪਾਂ ਨਵੰਬਰ ਦਸੰਬਰ 'ਚ ਇਹਦਾ ਰਿਵਿਊ ਪਾਉਣੇ ਆ ਵੀ ਕੀ ਚੀਜ਼ ਬਣੂਗੀ। ਠੀਕ ਆ, ਅਤੇ ਇਹ ਗਿਫਟ ਦੇਣਾ ਤੁਸੀਂ ਬਰਥਡੇ ਛੁੱਟੇ ਵੀਰੇ ਨਾ, ਡਿਟੇਲ ਮਾਸਟਰ ਵਾਲਿਆਂ ਕੋਲ। ਉਹ ਗੱਡੀ ਫਿਰ ਇਹਨਾਂ ਨੂੰ ਚਾਬੀ ਮੈਮ ਹੋਣਾਂ ਨੂੰ ਫੜਾ ਦੇਣ ਲੱਗਾ ਵਾਂ, ਅਤੇ ਆਪਾਂ ਸਕੋਰਪੀਓ ਜਾ ਕੇ ਡਿਲੀਵਰੀਆਂ ਕਰ ਆਈਏ। ਗੱਡੀ ਸਟਾਰਟ ਹੀ ਖਿਲਾਰੀ ਮੈਂ ਉਹਦਾ ਚੇਤਾ ਹੁੰਦਾ। ਅੰਦਰ ਲਾ ਵੀਰ ਦਾ ਚਾਰਜਰ ਪਿਆ ਬੜੇ ਦਿਨਾਂ ਦਾ, ਵੇਖੋ ਆਏ ਹਾਏ, ਹੁਣ ਤਾਂ ਠੰਡੀ ਠਾਰ ਹੋਈ ਗੱਡੀ। ਆਹ ਵੀਰ ਹਰਜੋਤ ਵੀਰ ਜੇ ਵੇਖਣ ਡਿਆ ਵੇਲਾ ਤੇਰੀ ਉਦੋਂ ਦੀ ਪਈ ਹੋ। ਠੀਕ ਹੈ, ਆਹ ਸਮਾਨ ਬਾਕੀ ਕੋਈ ਜ਼ਰੂਰੀ ਤਾਂ ਹੈ ਨਹੀਂ ਗਾ। ਠੀਕ ਹੈ ਗਾਈ, ਜਾਂ ਟਿਸ਼ੂ ਜੇ ਫੜ ਲੈਣਾ ਗੇੜ, ਬੱਚਾ ਪੋਟੀ ਪਾਟੀ ਕਰਦੇ, ਆਪਾਂ ਗੇਅਰ ਪਾ ਦਿੰਦੇ ਹਾਂ, ਛੱਡ ਦਿੰਦੇ ਹਾਂ, ਅੱਜ ਡੈਫ ਵੀ ਲੈਣਾ ਵਾ। ਠੀਕ ਹੈ ਗਾਈ, ਓਕੇ ਜੀ। ਠੀਕ ਹੈ ਮਿੱਤਰੋ, ਆਹ ਵੀ ਵੇਖੋ ਗੱਡੀ ਸੋਹਣੀ ਲੱਗਣ ਡੀ, ਆਹ ਆਪਣੇ ਵਾਲੀ ਜੇ, ਚਾਬੀ ਮੈਡਮ ਨੂੰ ਫੜਾ ਲਓ ਵੀ। ਮਿੱਤਰੋ ਆਪਾਂ ਆ ਗਏ ਸਕਾਰਪੀਓ 'ਚ, ਸਕਾਰਪੀਓ 'ਚ ਆਪਣੇ ਤੁਸੀਂ ਬੀਗਲ ਬੱਚਾ ਚੈੱਕ ਕਰੋਗੇ, ਗੁੱਗੀ ਬੁੱਗੀ ਬਹੁਤ ਸੋਹਣੀ ਹੈ। ਇੱਥੇ ਰੱਖ ਕੇ ਵਿਖਾਉਣਾ ਤੁਹਾਨੂੰ ਬੱਚਾ, ਓਏ ਟਿੱਡੀਏ ਟਿੱਡੀਏ, ਗਿੱਲੇ ਗਿੱਲੇ ਪੈਰ ਹੋਏ ਤੇਰੇ। ਅੱਛਾ ਪਾਣੀ ਪਾਇਆ ਸੀ ਤੇ ਸਾਲਾ ਪਾਣੀ ਸਾਰਾ ਸਾਈਡ 'ਤੇ ਪਾਤਾ। ਠੀਕ ਹੈ ਗਾਈਸ, ਕੰਮ ਪੂਰਾ ਕਰਦੇ ਹੈ ਹਮ, ਇਸਕੋ ਅਭੀ ਇਸਕੇ ਅੰਦਰ ਹੀ ਰੱਖ ਲੇਤੇ ਹੈ, ਬਾਅਦ ਮੈਂ ਨਿਕਾਲ ਦੇਂਗੇ ਆਪਾਂ ਆਪਾਂ ਲੋਕ ਕੱਟ ਜਾਏਗਾ ਮਰੀ ਜਾਣਾ। ਸ਼ਰਦਾਈ ਪੀਏ ਇੱਥੋਂ ਤਾਂ ਫਿਰ ਮੈਂ ਚਲਾਉਂਦਾ।
ਔਨ ਦਾ ਵੇ ਟੂ ਸਰਿਆਲੀ, ਮੌਸਮ ਹੋ ਗਿਆ ਘੈਂਟ, ਗੱਡੀ ਸਕਾਰਪੀਓ ਕਾਲੀ, ਔਨ ਦਾ ਵੇ ਸਰਿਆਲੀ। ਚਲੋ ਜੀ, ਪਿੱਛੇ ਪਿਆ ਜੀ ਬੱਚਾ ਬੇਬੀ ਪਿਗਲ, ਬਲੈਕ ਬਲੈਕ ਐਂਡ ਫੀਮੇਲ, ਅਤੇ ਆਹ ਆਪਣਾ ਲੈਬਰਾਡੋਰ ਆ, ਵਾਈਟ ਸ਼ਰਟ 'ਚ ਲੈਬਰਾਡੋਰ। ਬਾਕੀ ਆਪਾਂ ਹੋਰ ਅੱਧੇ ਘੰਟੇ ਤੱਕ ਚੱਲ ਜਾਣਾ, ਫਿਰ ਉੱਥੇ ਜਾ ਕੇ ਬਾਈ ਨਾਲ ਕਰਦੇ ਗੱਲਬਾਤ। ਆਹ ਮੈਪ ਤੋਂ ਲੋਕੇਸ਼ਨ ਮੰਗਾਲੀ ਵੀਰ ਕੋ, ਕਿੰਨੇ ਮਿੰਟ ਦਾ ਪਿਆ ਵੀਰੇ? ਉਹ ਵੀ ਮਿੱਤਰੋ ਇੱਕ ਚੀਜ਼ ਤੇ ਸਕਾਰਪੀਓ ਦੀ ਬੈਸਟ ਲੱਗੀ ਜੇ, ਦਿਸ ਵਨ ਇਹਦੇ ਹੈਗਾ ਸਾਲਾ, ਉਹ ਦੂਜੀ ਆਪਣੇ ਵਾਲੀਆਂ ਦੇ ਜਾਣ ਤੁਹਾਨੂੰ ਪਤਾ ਹੀ ਆ, ਕੰਮ ਹੀ ਖਰਾਬ ਆ ਉਹਨਾਂ ਦਾ। ਉੱਤਰ ਕੇ ਆਪ ਜਾਓ, ਗਰਮੀ ਵੀ ਮਰੋ, ਇੱਥੋਂ ਸਟੋਰੀ ਪਾਵਾਂਗੇ, ਇੱਥੋਂ ਇੱਥੋਂ ਜਦੋਂ ਫੁੱਲ ਕਰਾਓ। ਕਿੱਥੇ ਆ? ਆਓ ਜੀ ਸੱਜੇ ਹੱਥ, ਆਓ ਛੱਡਾਂ, ਠੀਕ ਠੀਕ ਠੀਕ, ਪਰ ਨਾ ਬੰਨਿਆ ਪੀਲਾ ਲੈ ਵੀਰ ਕੱਟੀ ਯਾਰ, ਬਾਈਕਾਂ ਦੇ ਘਰ ਕਹਿੰਦੇ, ਬਾਈਕਾਂ ਤੇ ਅਵੇਲਾ ਹੁਣ ਕੱਟਿਆ ਹੀ ਇੱਕ, ਨਾਲੇ ਫੋਨ ਤੇ ਫੋਨ, ਫੋਨ ਹੀ ਬੜੇ ਆਉਂਦੇ। ਅੱਜ ਨਹੀਂ ਮੈਂ ਪਿਓ ਦੇ ਪੁੱਤ ਨੇ ਕੋਈ ਵੀ ਚੁੱਕਿਆ ਹੈ ਨਾ, ਅੱਜ ਨਹੀਂ ਚਾਹੇ ਨਾ ਗੱਲ ਗੁੱਲ ਕੀਤੀ, ਕਹਿੰਦਾ ਕੋਈ ਨਹੀਂ ਘਰ ਜਾ ਕੇ ਚੁੱਕਦੇ ਹੁਣ, ਵੇਚਦੇ ਆਏ ਦੋ ਤਿੰਨ ਬੱਚੇ ਅੱਜ ਫਿਰ। ਉਹ ਵੇ ਬਲੈਕ ਜਿਹਾ ਡੋਗੀ ਕਿੱਡਾ ਸੋਹਣਾ ਸੀ, ਉਹ ਮੇਰੀ ਹੈ ਬਲੈਕ, ਇਹਦੇ ਪੱਕਾ ਸਪੋਰਟ ਹੋਣਾ। ਪਮੇਰੀਅਨ ਵੀ ਲਿਆ ਸੀ ਨਾ ਮੈਂ, ਉਹ ਕਿੱਥੇ ਗਿਆ? ਉਹ ਵੀ ਇੱਦਾਂ ਸਰਿਆੜੀ ਘੱਲਿਆ ਲੈ ਵੀਰ ਨੇ। ਤੇ ਜਿਹੜਾ ਜਰਮਨ ਲਿਆ ਸੀ ਮੇਰੇ ਕੋਲ, ਜਰਮਨ ਸਹੀ ਦੱਸਿਓ ਵਲੌਗ ਬਣਿਆ ਕਿਸ ਤਰ੍ਹਾਂ ਨਿਕਲਿਆ? ਬਹੁਤ ਵਧੀਆ ਕੁਆਲਿਟੀ ਨਿਕਲੀ ਹੈ ਜਾਣ, ਤੁਸੀਂ ਫਿਰ ਗਲਤ ਗੱਲ ਲੈਣਾ, ਉਹ ਕੋਲ ਹੋਣਾ ਚਾਹੀਦਾ, ਮੈਂ ਬੜੇ ਚਾਣ ਆਇਆ। ਆਹ ਚੈੱਕ ਕਰੋ ਹੁਣ, ਆਹ ਬੱਚਾ ਵੇਖ ਕੇ ਦੱਸੋ ਤੁਸੀਂ ਮੈਨੂੰ, ਫੋਟੋ ਪਾ ਦੂੰਗਾ। ਆਹ ਕਰਿਓ ਚੈੱਕ, ਵੀਰ ਨੂੰ ਨਾ ਫੀਮੇਲਾਂ ਇਕੱਠੀਆਂ ਪਾਈਆਂ, ਵੀਰ ਕਹਿੰਦਾ ਵਧੀਆ ਵਧੀਆ ਇਤਰਾਂ ਉਤਰਾਂ, ਤੁਸੀਂ ਦੱਸੋ ਬੱਚਾ ਸੋਹਣੀ ਆ, ਐਂ ਨੂੰ ਕਰਿਓ। ਆਹ ਆਹ ਚੀਜ਼ ਆ, ਕਰੋ ਕੁਆਲਿਟੀ ਚੈੱਕ ਗਾਈਸ, ਕਿੰਨਾ ਭਾਰਾ ਹੈ ਡੁੱਡ, ਕੀ ਕਹੋਗੇ? ਵੀਰ ਤੋਂ ਵੀਰ ਨੇ ਆਪਣੇ ਨਾਲ ਵਾਹਵਾ ਹੰਡ ਵਰਤ ਗਏ ਆ, ਅਤੇ ਕੁਆਲਿਟੀ ਦਾ ਵੀਰ ਨਾ ਪਤਾ ਨਹੀਂ ਇੱਕ, ਠੀਕ ਹੈ ਗਾਈਸ। ਆਪਾਂ ਮਿੰਟੋ ਮਿੰਟੀ ਚੜ੍ਹ ਗਏ ਹਾਂ ਰੋਡ 'ਤੇ, ਹੁਣ ਆਪਾਂ ਮਿੰਟੋ ਮਿੰਟੀ ਪਹੁੰਚਣਾ ਡੀਟੇਲਸ ਮਾਸਟਰ ਵਾਲਿਆਂ ਕੋਲ, ਕਿਉਂਕਿ ਵੀਰ ਨੇ ਜਾਣਾ ਘਰੇ ਕੰਮ ਕੰਮ ਕਾਰ ਸਾਂਭਣਾ, ਸਵੇਰ ਦਾ ਵਿਚਾਰਾ ਮਿਹਨਤ ਤੁਰਿਆ ਪੈਂਦੇ ਆ, ਹੁਣ ਤਾਂਹੀਓ ਆਪਾਂ ਥੋੜ੍ਹੀ ਜਿਹੀ ਓਵਰ ਸਪੀਡ ਜਾਵਾਂਗੇ। ਵਧਾ ਫੱਕ ਗਾਈਸ, ਇਹ ਚੀਜ਼ਾਂ ਵਾਲੀ ਇੰਡੀਆ ਜੀ ਹੋਣ ਗਈਆਂ, ਹੁਣ ਇਹ ਧੂਗੇ ਖੜਨਗੇ ਉਹਨੂੰ, ਵਧੀਆ ਹੋ ਗਿਆ, ਸ਼ੁਕਰ ਕਰੋ ਨੁਕਸਾਨ ਨਹੀਂ ਹੋਇਆ ਹੈ ਨਾ। ਗਾਈਸ ਹੋ ਗਈ ਜੀ ਗੱਡੀ ਕੰਪਲੀਟ, ਮਿੱਤਰੋ ਵਲੌਗ ਕਰਨ ਲੱਗਾ ਉਹ, ਪਰ ਤੁਹਾਨੂੰ ਮੈਂ ਪਹਿਲਾਂ ਵਿਖਾ ਦਾਂ, ਆਹ ਵਾਲੇ ਸ਼ੈਫਰਡ ਬੱਚੇ ਆ, ਇਹਨਾਂ ਦੀ ਆਪਾਂ ਹੁਣੇ ਫੋਟੋਗ੍ਰਾਫੀ ਕਰ ਲਈ, ਪੋਸਟ ਪਾਉਣੀ ਆ ਜਿਹੋ ਜਿਹਾ ਆਪਾਂ ਬੱਚਾ ਆਪਣਾ, ਆਹ ਕੈਮਰਾਮੈਨ ਅੰਗਦ ਜੀ ਹੋਣਾਂ ਦੇ ਨਾਲ, ਅਜੇ ਘਰ ਦੇ ਬਾਹਰ ਆਇਆ, ਗੱਡੀ ਚੈੱਕ ਕਰੋ, ਮੁੰਡੇ ਨੇ ਸਵਿਫਟ ਤਿਆਰ ਕਰਾਈ, ਹਜੇ ਮੁੰਡਾ ਛੋਟੀ ਏਜ ਦਾ ਵਾ, ਕਿੰਨੀ ਏਜ ਅੰਗਦ? 18 ਸਾਲਾਂ ਦੇ ਮੁੰਡੇ ਨੇ ਤਬਾਹੀ ਠਾਲਤੀ ਹੈ ਆਪਣੀ 2x4 ਬਾਈਕ, ਕਿੰਨੀ ਆਉਂਦੀ ਬਾਈਕ, ਕਿਉਂ ਆਉਂਦੀ ਉਹ, ਗਰਮੀ ਏ ਸੀ ਲੱਗਾ ਤਾਦ ਕਰਕੇ ਹੈ ਨਾ। ਠੀਕ ਹੈ ਗਾਈਜ਼, ਅੱਜ ਦਾ ਵਲੌਗ ਕਰਦੇ ਹਾਂ ਇੱਥੇ ਓਵਰ, ਮਿਲਦੇ ਨਵੇਂ ਵਲੌਗ ਦੇ ਨਾਲ, ਉਦੋਂ ਤੱਕ ਆਪਣਾ ਖਿਆਲ ਰੱਖਿਓ, ਹੋਪਫੁਲੀ ਅਗਲਾ ਵਲੌਗ ਇੰਨਾ ਹੀ ਡਿਲੀਵਰੀ ਦਾ ਹੀ ਹੋਊਗਾ। ਬਾਏ, ਟੇਕ ਕੇਅਰ।